ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਜੀਤ ਹਰਜੀਤ। ਅੱਜ ਮੈਂ ਤੁਹਾਡੇ ਨਾਲ ਅਬਰਾਹਮ ਲਿੰਕਨ ਦਾ ਉਹ ਖਤ ਸਾਂਝਾ ਕਰ ਰਿਹਾ ਜੋ ਉਹਨਾਂ ਨੇ ਆਪਣੇ ਬੇਟੇ ਦੇ ਅਧਿਆਪਕ ਦੇ ਨਾਂ ਲਿਖਿਆ ਸੀ। ਇਹ ਖਤ ਮੈਨੂੰ ਮੇਰੇ ਮਿੱਤਰ ਗੁਰਵੀਰ ਸਿੰਘ ਲੇਹਲਕਰਾਂ ਦੁਆਰਾ ਭੇਜਿਆ ਗਿਆ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਹੀ ਮੇਰੀ ਤਰ੍ਹਾਂ ਇਸ ਰਚਨਾ ਦਾ ਅਸਰ ਕਬੂਲੋ ਅਤੇ ਇਸ ਨੂੰ ਆਪਣੇ ਧੀਆਂ ਪੁੱਤਰਾਂ ਨਾਲ ਸਾਂਝਾ ਕਰੋ। ਸਤਿਕਾਰਯੋਗ ਅਧਿਆਪਕ ਜੀ, ਮੈਂ ਚਾਹੁੰਦਾ ਹਾਂ ਕਿ ਮੇਰੇ ਬੇਟੇ ਨੂੰ ਜਾਣਨਾ ਪਵੇਗਾ ਕਿ ਸਾਰੇ ਇਨਸਾਨ ਇਮਾਨਦਾਰ ਨਹੀਂ ਹਨ ਅਤੇ ਨਾ ਹੀ ਸਾਰੇ ਵਿਅਕਤੀ ਸੱਚੇ ਸੁੱਚੇ ਹਨ। ਪਰ ਉਸਨੂੰ ਇਹ ਵੀ ਦੱਸਣਾ ਕਿ ਜਿੱਥੇ ਇੱਕ ਬਦਮਾਸ਼ ਹੈ ਉੱਥੇ ਇੱਕ ਸ਼ਰੀਫ ਇਨਸਾਨ ਵੀ ਹੈ, ਜਿੱਥੇ ਇੱਕ ਖੁਦਗਰਜ ਸਿਆਸਤਦਾਨ ਹੈ ਉੱਥੇ ਇੱਕ ਸਿਦਕਵਾਨ ਆਗੂ ਵੀ ਹੈ। ਉਸਨੂੰ ਇਹ ਵੀ ਦੱਸਣਾ ਕਿ ਜਿੱਥੇ ਇੱਕ ਦੁਸ਼ਮਣ ਹੈ ਉੱਥੇ ਇੱਕ ਦੋਸਤ ਵੀ ਹੈ। ਮੈਂ ਜਾਣਦਾ ਹਾਂ ਇਸ ਲਈ ਵਕਤ ਲੱਗੇਗਾ, ਸੋ ਜੇ ਹੋ ਸਕੇ ਤਾਂ ਉਸਨੂੰ ਸਮਝਾਉਣਾ ਕਿ ਕਮਾਏ ਹੋਏ ਇੱਕ ਸਿੱਕੇ ਦੀ ਅਹਿਮੀਅਤ ਲੱਭੇ ਹੋਏ 5 ਸਿੱਕਿਆਂ ਤੋਂ ਕਿਤੇ ਵੱਧ ਹੁੰਦੀ ਹੈ। ਉਸਨੂੰ ਜਿੱਤ ਦੀ ਖੁਸ਼ੀ ਦਾ ਆਨੰਦ ਮਾਨਣਾ ਅਤੇ ਹਾਰ ਸਵੀਕਾਰਨਾ ਸਿਖਾਉਣਾ, ਜੇ ਹੋ ਸਕੇ ਤਾਂ ਉਸਨੂੰ ਈਰਖਾ ਤੋਂ ਬਚਾਉਣਾ, ਸ਼ਾਂਤ ਹਾਸਿਆਂ ਦਾ ਰਹੱਸ ਸਮਝਾਉਣਾ, ਉਸਨੂੰ ਇਹ ਜਲਦੀ ਸਮਝ ਆ ਲੈਣ ਦੇਣਾ ਕਿ ਹੈਂਕੜਬਾਜ਼ਾਂ ਨੂੰ ਸਬਕ ਸਿਖਾਉਣਾ ਆਸਾਨ ਹੀ ਹੁੰਦਾ ਹੈ। ਜੇ ਹੋ ਸਕੇ ਤਾਂ ਉਸਨੂੰ ਕਿਤਾਬਾਂ ਦੇ ਅਣਮੁੱਲੇ ਖਜ਼ਾਨੇ ਤੋਂ ਜਾਣੂ ਕਰਾਉਣਾ, ਪਰ ਇਸ ਦੇ ਨਾਲ ਨਾਲ ਉਸਨੂੰ ਅਸਮਾਨ 'ਚ ਉੱਡਦੇ ਪੰਛੀਆਂ, ਧੁੱਪ 'ਚ ਮੰਡਰਾਉਂਦੀਆਂ ਮਧੂਮੱਖੀਆਂ ਅਤੇ ਪਹਾੜਾਂ 'ਤੇ ਉੱਗੇ ਜੰਗਲੀ ਫੁੱਲਾਂ ਦੀ ਸਦੀਵੀ ਸੁੰਦਰਤਾ ਦੇ ਰਹੱਸ ਨੂੰ ਸਮਝਣ ਦਾ ਸ਼ਾਂਤ ਸਮਾਂ ਦੇਣਾ। ਉਸਨੂੰ ਸਿਖਾਉਣਾ ਕਿ ਸਕੂਲ 'ਚ ਨਕਲ ਮਾਰ ਕੇ ਪਾਸ ਹੋਣ ਨਾਲੋਂ ਫੇਲ ਹੋਣਾ ਜ਼ਿਆਦਾ ਸਨਮਾਨਯੋਗ ਹੈ। ਉਸਨੂੰ ਸਿੱਖਿਆ ਦੇਣੀ ਕਿ ਆਪਣੇ ਸਹੀ ਵਿਚਾਰਾਂ 'ਤੇ ਭਰੋਸਾ ਰੱਖੇ ਭਾਵੇਂ ਸਾਰੇ ਹੀ ਲੋਕ ਉਹਨਾਂ ਨੂੰ ਗਲਤ ਸਮਝਦੇ ਹੋਣ। ਉਸਨੂੰ ਸਾਊ ਵਿਅਕਤੀਆਂ ਨਾਲ ਸਾਊ, ਅੱਖੜਾਂ ਨਾਲ ਅੱਖੜ ਹੋਣਾ ਸਿਖਾਉਣਾ। ਜਦੋਂ ਹਰੇਕ ਹੀ ਭੇਡ ਚਾਲ ਦਾ ਸ਼ਿਕਾਰ ਹੋ ਰਿਹਾ ਹੈ ਤਾਂ ਮੇਰੇ ਪੁੱਤ ਨੂੰ ਅਜਿਹੀ ਤਾਕਤ ਦੇਣ ਦੀ ਕੋਸ਼ਿਸ਼ ਕਰਨਾ ਕਿ ਉਹ ਭੀੜ ਦਾ ਪਿਛਲੱਗ ਨਾ ਬਣੇ। ਉਸਨੂੰ ਸਮਝਾਉਣਾ ਕਿ ਸੁਣੇ ਸਭ ਦੀ ਪਰ ਮੰਨੇ ਸੱਚੇ ਦੀ, ਸੱਚ ਦੀ ਕਸਵੱਟੀ 'ਤੇ ਪਰਖ ਕੇ ਹੀ। ਹੋ ਸਕੇ ਤਾਂ ਉਸਨੂੰ ਉਦਾਸ ਪਲਾਂ ਵਿੱਚ ਵੀ ਹੱਸਣਾ ਸਿਖਾਉਣਾ, ਸਮਝਾਉਣਾ ਕਿ ਹੰਝੂ ਕੇਰਨ 'ਚ ਕੋਈ ਸ਼ਰਮ ਨਹੀਂ ਹੁੰਦੀ। ਉਸਨੂੰ ਸਨਕੀਆਂ ਦਾ ਮਜ਼ਾਕ ਉਡਾਉਣਾ ਵੀ ਸਿਖਾਉਣਾ ਅਤੇ ਮੀਆਂ ਮਿੱਠੂ ਹੋਣ ਤੋਂ ਵਰਜ ਕੇ ਰੱਖਣਾ। ਉਸਨੂੰ ਸਮਝਾਉਣਾ ਕਿ ਆਪਣੀ ਮਿਹਨਤ ਅਤੇ ਲਿਆਕਤ ਦੀ ਵੱਧ ਤੋਂ ਵੱਧ ਕੀਮਤ ਵਸੂਲੇ, ਪਰ ਆਪਣੇ ਜਜ਼ਬਿਆਂ ਅਤੇ ਆਤਮਾ ਦਾ ਸੌਦਾ ਨਾ ਕਰੇ। ਸਮਝਾਉਣਾ ਕਿ ਲੋਕਾਂ ਦੇ ਵਿਰੋਧ ਤੋਂ ਡਰੇ ਬਿਨਾਂ ਆਪਣੀ ਸਹੀ ਸੋਚ 'ਤੇ ਡਟ ਕੇ ਪਹਿਰਾ ਦੇਵੇ। ਉਸ ਨਾਲ ਹਲੇਮੀ ਭਰਿਆ ਸਲੂਕ ਤਾਂ ਕਰਨਾ ਪਰ ਉਸਨੂੰ ਲਾਡ ਨਾਲ ਵਿਗਾੜਨਾ ਨਹੀਂ, ਕਿਉਂਕਿ ਕੁਠਾਲੀ ਦੇ ਸੇਕ 'ਚ ਢਲ ਕੇ ਹੀ ਸੋਣਾ ਕੁੰਦਨ ਬਣਦਾ ਹੈ। ਉਸਨੂੰ ਵਿਗਾਰਾਂ ਕਬੂਲਣ ਲਈ ਬੇਸਬਰ ਹੋਣ ਦੇਣਾ ਅਤੇ ਦਲੇਰ ਬਣਨ ਲਈ ਸਬਰ ਰੱਖਣਾ ਸਿਖਾਉਣਾ। ਉਸਨੂੰ ਖੁਦ 'ਤੇ ਰੱਬ ਵਰਗਾ ਭਰੋਸਾ ਰੱਖਣਾ ਸਿਖਾਉਣਾ ਤਾਂ ਜੋ ਉਹ ਮਨੁੱਖਤਾ ਵਿੱਚ ਅਡੋਲ ਵਿਸ਼ਵਾਸ ਕਰ ਸਕੇ। ਇਹ ਬਹੁਤ ਵੱਡਾ ਕਾਰਜ ਹੈ, ਦੇਖੋ ਇਸ ਲਈ ਤੁਸੀਂ ਕੀ ਕਰ ਸਕਦੇ ਹੋ। ਬੜਾ ਨਾਜ਼ੁਕ ਅਤੇ ਮਾਸੂਮ ਹੈ ਮੇਰਾ ਪੁੱਤਰ ਅਬਰਾਹਮ ਲਿੰਕਨ। ਦੋਸਤੋ, ਅਸੀਂ ਜਾਣਦੇ ਹਾਂ ਕਿ ਅਬਰਾਹਮ ਲਿੰਕਨ 1861 ਤੋਂ 1865 ਤੱਕ ਅਮਰੀਕਾ ਦੇ ਰਾਸ਼ਟਰਪਤੀ ਰਹੇ ਅਤੇ ਉਹਨਾਂ ਨੇ ਅਮਰੀਕਾ ਨੂੰ ਸੰਕਟ ਵਿੱਚੋਂ ਕੱਢਣ 'ਚ ਬਹੁਤ ਵੱਡਾ ਯੋਗਦਾਨ ਪਾਇਆ। ਧੰਨਵਾਦ।